ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਧਾਨ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਇਲੈਕਸ਼ਨ ਜਿਹੜੀ ਹੈ ਉਹ 13 ਨਵੰਬਰ ਨੂੰ ਹੋਣ ਜਾ ਰਹੀ ਹੈ ਇਸ ਦੇ ਸਬੰਧ ਵਿੱਚ ਬੜੀਆਂ ਸਿਆਸੀ ਅਟਕਲਾਂ ਵੀ ਲੱਗ ਰਹੀਆਂ ਕੱਲ ਸੋਹਾਂ ਵੀ ਪ੍ਰਾਪਤ ਹੋ ਰਹੀਆਂ ਤੇ ਦਾਅਵੇਦਾਰੀਆਂ ਵੀ ਕੀਤੇ ਜਾ ਰਹੀਆਂ ਸੋ ਰਾਤੀ ਵੀ ਕੁਝ ਚੈਨਲਾਂ ਤੇ ਬੜੀ ਵੱਡੀ ਡਿਬੇਟ ਹੋਈ ਸੀ ਤੇ ਉਹਦੇ ਵਿੱਚ ਤੁਹਾਡਾ ਜਿਹੜਾ ਸ਼ੁਭ ਨਾਂ ਹੈ ਵੀ ਪ੍ਰਮੁੱਖਤਾ ਨਾਲ ਉੱਭਰ ਕੇ ਸਾਹਮਣੇ ਆ ਰਿਹਾ ਤੇ ਇਹ ਵੀ ਸਾਨੂੰ ਸੁਣਨ ਦੇ ਵਿੱਚ ਆ ਰਿਹਾ ਵੀ ਬਾਦਲ ਪਰਿਵਾਰ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਤੁਹਾਡੀ ਮਿਲਣੀ ਤੋਂ ਬਾਅਦ ਕਾਫੀ ਉਹ ਤੁਹਾਡੇ ਤੇ ਇੰਪ੍ਰੈਸ ਹੈ ਜੇ ਤੁਹਾਨੂੰ ਪ੍ਰਧਾਨ ਸਾਹਿਬ ਪ੍ਰਧਾਨਕੀ ਦਾ ਪਦ ਦੁਬਾਰਾ ਮਿਲਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਬੇਸਿਕਲੀ ਗੱਲ ਇਹ ਹੈ ਕਿ ਜੋ ਅੱਜ ਕੱਲ ਦੇ ਹਾਲਾਤ ਬਣੇ ਹੋਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਮੈਂ ਸਮਝਦਾ ਕਿ ਬੜੇ ਵੱਡੇ ਦਿਲ ਗੁਰਦੇ ਦਾ ਮਾਲਕ ਜਾਂ ਐਕਸਪੀਰੀਅੰਸਡ ਬੰਦਾ ਜਾਂ ਤਜਰਬੇਕਾਰ ਬੰਦੇ ਨੂੰ ਇਹ ਸੇਵਾ ਜਿਹੜੀ ਹੈ ਉਹ ਸੌਂਪੀ ਜਾਣੀ ਚਾਹੀਦੀ ਹੈ ਕਿਉਂਕਿ ਪਿਛਲੇ 2 ਸਾਲਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕਾਫੀ ਉਥਲ ਪਥਲ ਹੋਈ ਹੈ ਵਿਦਿਅਕ ਅਦਾਰਿਆਂ ਦਾ ਕਾਫੀ ਨੁਕਸਾਨ ਹੋਇਆ ਬਾਕੀ ਦੇਖੋ ਇਹ ਤਾਂ ਪਾਰਟੀ ਦੀ ਆਪਣੀ ਜਿਹੜੀ ਪਾਰਟੀ ਨਾਲ ਬਹੁਤੇ ਮੈਂਬਰ ਹੁੰਦੇ ਨੇ ਪਰ ਵਾਸਤਵ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਬਹੁਤੇ ਮੈਂਬਰ ਨੇ 10-15-20 ਮੈਂਬਰ ਬਾਹਰ ਹੋਣਗੇ ਵੱਧ ਤੋਂ ਵੱਧ ਲੇਕਿਨ ਮੈਂ ਸਮਝਦਾ ਕਿ ਜਿਹੜੀ ਪਾਰਟੀ ਦੇ ਨਾਲ ਬਹੁਮਤ ਹੁੰਦਾ ਜਾਂ ਜਿਹੜੀ ਪਾਰਟੀ ਬਸਵੇ ਇਕਦਾਰ ਹੁੰਦੀ ਹੈ ਉਹੀ ਆਪਣਾ ਕੋਈ ਨਾ ਕੋਈ ਨੁਮਾਇੰਦਾ ਜਿਹੜਾ ਉਹਨੂੰ ਪ੍ਰਧਾਨ ਵਜੋਂ ਚੁਣਦੀ ਹੈ ਔਰ ਉਹਦੇ ਲਈ ਪ੍ਰੋਸੈਸ ਤੇ ਜਿਹੜਾ ਉਹ ਸਿੰਪਲ ਹੈ ਕਿ ਪ੍ਰਧਾਨ ਸਾਹਿਬ ਨੂੰ ਸਾਰੇ ਜਿਹੜੇ ਦੂਸਰੀਆਂ ਪਾਰਟੀਆਂ ਦੇ ਵਿੱਚ ਜਦੋਂ ਕੋਈ ਆਗੂ ਚੁਣਨਾ ਹੁੰਦਾ ਇਹ ਤਾਂ ਆਪਾਂ ਦੇਖੋ ਇਹਨੂੰ ਇੱਕ ਗਲਤ ਤਰੀਕੇ ਨਾਲ ਪੇਸ਼ ਕਰ ਦਿੰਦੇ ਹਾਂ ਕਿਉਂਕਿ ਘੱਟ ਗਿਣਤੀ ਸਿੱਖ ਸੰਸਥਾ ਹੈ ਘੱਟ ਗਿਣਤੀ ਸਿੱਖਾਂ ਦੀ ਨੁਮਾਇੰਦਾ ਸੰਸਥਾ ਹੈ ਤੇ ਉਹਦੇ ਵਾਸਤੇ ਅਸੀਂ ਇਹਦੀ ਅਟਕਲਬਾਜ਼ੀ ਲਾ ਦਿੰਦੇ ਹਾਂ ਕਿ ਤਾਂ ਜੀ ਲਫਾਵੇ ਚੋਂ ਨਿਕਲਿਆ ਜੇ ਪੁਰਾਣੇ ਚੋਂ ਨਿਕਲਿਆ ਮੈਂ ਸਮਝਦਾ ਕਿ ਦੇਖੋ ਕਿਸੇ ਸਟੇਟ ਦਾ ਚੀਫ ਮਿਨਿਸਟਰ ਵੀ ਬਣਾਉਣਾ ਹੋਵੇ ਤੇ ਜਿਹੜੀ ਬਸਰੇ ਇਕਦਾਰ ਪਾਰਟੀ ਹੁੰਦੀ ਹੈ ਉਹਦਾ ਲੀਡਰ ਹੀ ਅਖਤਿਆਰ ਲੈ ਕੇ ਉਹੀ ਉਹ ਅਨਾਊਂਸਮੈਂਟ ਕਰਦਾ ਜੇ ਪ੍ਰਾਈਮ ਮਿਨਿਸਟਰ ਬਣਨਾ ਹੋਵੇ ਤੇ ਉਹ ਵੀ ਉਹਦਾ ਫੈਸਲਾ ਵੀ ਉਸੇ ਤਰ੍ਹਾਂ ਹੀ ਕੀਤਾ ਜਾਂਦਾ ਉਹਨੂੰ ਸਮੁੱਚੀ ਪਾਰਟੀ ਜਿਹੜੀ ਹੈ ਉਹ ਆਪ ਚੁਣਦੀ ਹੈ ਅਖਤਿਆਰ ਦਿੰਦੀ ਹੈ ਤੋ ਮੈਂ ਸਮਝਦਾ ਕਿ ਇਸ ਤਰ੍ਹਾਂ ਮਾਹੌਲ ਜਿਹੜਾ ਉਹ ਬਣਾਇਆ ਜਾਂਦਾ ਔਰ ਸੁਖਬੀਰ ਸਿੰਘ ਬਾਦਲ ਜੀ ਜਿਹੜੇ ਪ੍ਰਧਾਨ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਦੇਖੋ ਇਹਨਾਂ ਨੇ ਪਿਛਲੇ ਸਾਲ ਤੋਂ ਇਹ ਰਵਾਇਤ ਚਾਲੂ ਕੀਤੀ ਸੀ ਕਿ ਉਹ ਇਕੱਲੇ ਇਕੱਲੇ ਮੈਂਬਰ ਨੂੰ ਮਿਲਦੇ ਨੇ ਉਹਨਾਂ ਦੀ ਰਾਏ ਵੀ ਲੈਂਦੇ ਨੇ ਔਰ ਉਹਨਾਂ ਨਾਲ ਗੱਲਬਾਤ ਵੀ ਕਰਦੇ ਨੇ ਐਤਕੀ ਵੀ ਉਹ ਨਹੀਂ ਹੋਇਆ ਵੀ ਸਾਰੇ ਜ਼ਿਲ੍ਹਾ ਵਾਰ ਉਹਨਾਂ ਨੇ ਮੀਟਿੰਗਾਂ ਲੈ ਲਈਆਂ ਤੇ ਫਿਰ ਵੀ ਕੱਲ੍ਹ ਸ਼ਾਇਦ ਮੀਟਿੰਗ ਹੋਊਗੀ ਉਹਦੇ 'ਚ ਫਿਰ ਇਹਦੇ ਬਾਰੇ ਕੋਈ ਕਾਰਵਾਈ ਹੋਏਗੀ ਬਾਕੀ ਜਿੱਥੋਂ ਤੱਕ ਮੇਰਾ ਸੰਬੰਧ ਹੈ ਤੇ ਮੈਂ 11 ਸਾਲ ਸੇਵਾ ਕੀਤੀ ਹੈ ਔਰ ਮੈਂ ਸਮਝਦਾ ਕਿ ਆਪਣੇ ਵੱਲੋਂ ਮੈਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ਿਸ਼ ਸਦਕਾ ਤੇ ਧੰਨ ਧੰਨ ਸਤਿਗੁਰੂ ਗੁਰੂ ਹਰਕਿਸ਼ਨ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਸਦਕਾ ਮੈਂ ਉਹਨੂੰ ਨਿਭਾਉਣ ਦਾ ਯਤਨ ਕੀਤਾ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਸੇਵਾਵਾਂ ਨੂੰ ਨਿਭਾਉਣ ਦਾ ਯਤਨ ਕੀਤਾ ਇਹਦੇ ਲਈ ਤਕਰੀਬਨ ਹਰ ਫੀਲਡ ਦੇ ਵਿੱਚ ਹਰ ਮੁਕਾਮ ਦੇ ਵਿੱਚ ਜਿਹੜੀ ਹੈ ਉਹ ਜੋ ਸੇਵਾਵਾਂ ਕੀਤੀਆਂ ਗਈਆਂ ਉਹ ਸਾਰਿਆਂ ਦੇ ਸਾਹਮਣੇ ਨੇ ਤੇ ਮੈਨੂੰ ਕੋਈ ਬਹੁਤਾ ਦੱਸਣ ਦੀ ਜ਼ਰੂਰਤ ਨਹੀਂ ਕਿ ਐਜੂਕੇਸ਼ਨ ਦੇ ਫੀਲਡ ਵਿੱਚ ਕੀ ਕੁਛ ਹੋਇਆ ਕਿੰਨੇ ਕਾਲਜ ਬਣੇ ਕਿੰਨੇ ਸਕੂਲ ਬਣੇ ਕਿੰਨੀਆਂ ਯੂਨੀਵਰਸਿਟੀਆਂ ਬਣੀਆਂ ਔਰ ਮੈਡੀਕਲ ਕਾਲਜ ਦਾ ਇੰਡੀਆ ਟੂਡੇ ਨੇ ਸਰਵੇ ਕਰਕੇ ਲਿਖਿਆ ਕਿ ਆਊਟ ਆਫ 355 ਐਮਰਜਿੰਗ ਮੈਡੀਕਲ ਕਾਲਜਿਸ ਆਫ ਇੰਡੀਆ ਤੇ ਰਾਮਦਾਸ ਮੈਡੀਕਲ ਕਾਲਜ ਇਜ਼ ਐਟ ਨੰਬਰ 10 ਫਿਰ ਬਾਅਦ ਵਿੱਚ ਉਹਨੂੰ ਯੂਨੀਵਰਸਿਟੀ ਬਣਵਾ ਲਿਆ ਗਿਆ ਮੈਂ ਦੇਖੋ ਮੈਂ ਕੋਈ ਲੌਬਿੰਗ ਨਹੀਂ ਕਰ ਰਿਹਾ ਇਹ ਪਾਰਟੀ ਨੂੰ ਪਤਾ ਹੁੰਦਾ ਬਈ ਕਿਹੜਾ ਇਸ ਮੌਕੇ ਤੇ ਸੇਵਾਵਾਂ ਨਿਭਾ ਸਕਦਾ ਕਿਹੜਾ ਕੋਈ ਦੇਖੋ ਕੋਈ ਵੀ ਸੰਸਥਾ ਦੇਖੋ ਸ਼੍ਰੋਮਣੀ ਅਕਾਲੀ ਦਲ ਕਦੋਂ ਚਾਹੁੰਦਾ ਕਿ ਸ਼੍ਰੋਮਣੀ ਕਮੇਟੀ ਵਰਗੀ ਸੰਸਥਾ ਦਾ ਪ੍ਰਬੰਧ ਨੂੰ ਕੋਈ ਨੁਕਸਾਨ ਪਹੁੰਚੇ ਉਹ ਚਾਹੁੰਦੇ ਨੇ ਕਿ ਚੰਗੇ ਤੋਂ ਚੰਗਾ ਪ੍ਰਬੰਧ ਹੋਵੇ ਕਿਉਂਕਿ ਸੰਗਤਾਂ ਨਾਲ ਇਹ ਸੰਬੰਧਤ ਹੈ
ਇਹ ਪ੍ਰਬੰਧ ਜਿਹੜਾ ਹੈ ਸੰਗਤੀ ਰੂਪ ਵਿਚ ਹੈ, ਸੰਗਤਾਂ ਦੇ ਨਾਲ ਸੰਬੰਧਿਤ ਹੈ, ਸੰਗਤਾਂ ਨਾਲ ਹੀ ਮਾਂ ਵਾਸਤਾ ਰਹਿੰਦਾ, ਸੰਗਤਾਂ ਨੂੰ ਹੀ ਅਸੀਂ ਜਵਾਬ ਦੇ ਹਾਂ। ਤੋ ਮੈਂ ਸਮਝਦਾ ਕਿ ਉਹ ਚੰਗੇ ਤੋਂ ਚੰਗੀ ਚੋਣ ਕਰਨਗੇ, ਔਰ ਲੇਕਿਨ ਮੈਂ ਕੋਈ ਆਪਣੇ ਤੌਰ ਤੇ ਲੋਬਿੰਗ ਨਹੀਂ ਕਰ ਰਿਹਾ, ਪਰ ਜੇ ਮੈਨੂੰ ਸੇਵਾ ਬਖਸ਼ੀ ਜਾਏਗੀ ਦਿੱਤੀ ਜਾਏਗੀ ਤੇ ਉਹਨੂੰ ਨਿਭਾਉਣ ਦੀ ਜਿੰਨਾ ਵੀ ਯਤਨ ਹੋਇਆ ਜ਼ਰੂਰ ਕੀਤਾ ਜਾਵੇਗਾ। ਪ੍ਰਧਾਨ ਜੀ ਇੱਕ ਵੀ ਬੜਾ ਅਹਿਮ ਮੁੱਦਾ ਵੀ ਸੁਖਬੀਰ ਜੀ ਦੀ ਥੀਰੀ ਜਿਹੜੀ ਹੈ ਉਸ ਐਂਗਲ ਤੋਂ ਲੋਕ ਜੋੜ ਕੇ ਦੇਖ ਰਹੇ ਨੇ, ਸੰਗਤ ਜੋੜ ਕੇ ਦੇਖ ਰਹੀ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਮੈਂ ਗੁਰੂ ਘਰ ਚ ਬੈਠਾ, ਮੈਂ ਕਦੇ ਵੈਸੇ ਵੀ ਜ਼ਿੰਦਗੀ ਝੂਠ ਨਹੀਂ ਮਾਰਦਾ, ਮੈਂ ਕਦੇ ਝੂਠੀ ਗੱਲ ਕਰਦਾ ਨਹੀਂ, ਖਾਸ ਤੌਰ ਤੇ ਧਾਰਮਿਕ ਮਾਮਲਿਆਂ ਦੇ ਵਿੱਚ। ਇਸੇ ਵਾਸਤੇ ਮੈਂ ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਿਆ ਸੀ, ਮੈਂ ਰਾਜਨੀਤੀ ਨੂੰ ਟੋਟਲੀ ਤਲਾਜਲੀ ਦੇਖਦੀ ਸੀ। ਉਹ ਤਾਂ ਪ੍ਰਧਾਨ ਜੀ ਅੱਜ ਦੇ ਪੇਪਰ ਚ ਬੜਾ ਸਾਫ਼ ਲਿਖਿਆ ਵੀ ਪੰਥਕ ਮਸਲਿਆਂ ਤੇ ਜਿੰਨੀ ਸਪੋਰਟ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਤੇ ਬੀਬੀ ਹਰਸਿਮਰਤ ਕੌਰ ਬਾਦਲ ਦੀ ਕੀਤੀ, ਉਹ ਆਪਣੇ ਆਪ ਇੱਕ ਇਤਿਹਾਸ ਹੈ, ਔਰ ਅੱਜ ਦੇ ਪੇਪਰ ਦੇ ਵਿੱਚ ਇਹ ਲਾਈਨ ਲਿਖੀ ਚੁੱਕੀ ਜਾ ਚੁੱਕੀ ਹੈ। ਉਹਦੇ ਮੁਕਾਬਲੇ ਤੁਹਾਡੇ ਮੁਕਾਬਲੇ ਜਿਹੜੀ ਸਟੇਟਮੈਂਟ ਸੀ ਦਿਲ ਦੇ ਵਿੱਚ, ਕੋਈ ਪ੍ਰਧਾਨ ਕਾਮਯਾਬ ਨਹੀਂ ਹੋਇਆ, ਸਾਰੇ ਡਰ ਕੇ ਇੱਕ ਸਾਈਡ ਚ ਆ ਜਾਂਦੇ ਨੇ, ਪਰ ਉਹ ਤੁਹਾਡਾ ਇਸ ਕਰਕੇ ਪਲੜਾ ਫਿਰ ਭਾਰੀ ਹੁੰਦਾ ਵੀ ਤੁਸੀਂ ਪੰਥਕ ਮਾਮਲਿਆਂ ਨੂੰ ਬੜੀ ਸੂਝਬੂਝ ਦਾ ਨਿਸ਼ਠਾ ਤੇ ਸੁਹਿਰਤਾ ਨਾਲ ਕਰ ਲੈਂਦੇ ਹੋ, ਤੇ ਤੁਹਾਨੂੰ ਲੱਗਦਾ ਕਿ ਉਸੇ ਜਿਹੜੀ ਕਮੀ ਨੂੰ ਪੂਰਾ ਕਰਨ ਲਈ ਫਿਰ ਥਾਪੜਾ ਮਿਲ ਸਕਦਾ? ਨਹੀਂ, ਮੈਂ ਇਹ ਵੀ ਕਹਿੰਦਾ ਵੀ ਥਾਪੜਾ ਮਿਲ ਸਕਦਾ ਜਾਂ ਨਹੀਂ ਮਿਲ ਸਕਦਾ, ਇਹ ਦੇਖੋ ਇਹ ਤੇ ਪਾਰਟੀ ਦਾ ਆਪਣੀ ਸੋਚ ਹੈ, ਆਪਣਾ ਵਿਚਾਰ ਹੈ, ਔਰ ਉਹਨਾਂ ਨੂੰ ਮੈਂਬਰ ਦਾ ਕੀ ਫੀਲਡਿੰਗ ਮਿਲੀ ਹੈ ਇਹ ਤਾਂ ਉਹਨਾਂ ਨੇ ਉਸ ਤੋਂ ਦੇਖਣਾ। ਉਹ ਚੋਣ ਕਮੇਟੀ ਦੀ ਮੀਟਿੰਗ ਚ ਤੁਹਾਡਾ ਸ਼ਾਮਲ ਹੋਣਾ, ਔਰ ਇਸ ਬਾਰੇ ਕੁਛ ਗੱਲਬਾਤ ਹੋਈ ਹੈ? ਨਹੀਂ, ਉਹ ਸਪੈਸ਼ਲ ਮੁੱਦੇ ਤੇ ਬੁਲਾਇਆ ਗਿਆ ਸੀ ਮੈਨੂੰ ਜਦੋਂ ਉਦੋਂ ਕਿਤਾਬ ਦਾ ਮਾਮਲਾ ਸੀਗਾ, ਇਤਿਹਾਸਿਕ ਬੁੱਕ ਦਾ ਮਾਮਲਾ ਸੀ, ਉਦੋਂ ਮੈਨੂੰ ਬੁਲਾਇਆ ਗਿਆ ਸੀਗਾ, ਔਰ ਬਾਕੀ ਤਾਂ ਮੈਂ ਕੋਰ ਕਮੇਟੀ ਦਾ ਮੈਂਬਰ ਹੀ ਨਹੀਂ, ਵਾਈ ਸ਼ੁਡ ਆਈ ਬੀ ਮੈਂਬਰ ਆਫ ਅ ਪੋਲੀਟੀਕਲ ਇੰਸਟੀਟਿਊਸ਼ਨ? ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਤਾਂ ਮੈਂ ਹੈਗਾ, ਕਿਉਂਕਿ ਥਰੂ ਸ਼੍ਰੋਮਣੀ ਕਮੇਟੀ ਹੀ ਅਸੀਂ SGPC ਦੇ ਵੱਲ ਨੂੰ ਜਾਂਦੇ ਹਾਂ, ਲੇਕਿਨ ਜਿਹੜੇ SGPC ਦਾ ਮੁਖੀ ਦਾ ਉਹਦਾ ਮੈਂਬਰ ਹੈ ਨਾ, ਮੈਂਬਰ ਤੇ ਪੋਲੀਟਿਕਸ ਕਰ ਸਕਦਾ, ਲੇਕਿਨ ਮੁਖੀ ਨੂੰ ਮੈਂ ਸਮਝਦਾ ਕਿ ਮੈਂ ਜੋ ਮੈਂ ਕੀਤਾ ਵੀ ਮੈਂ ਪੋਲੀਟਿਕਸ ਨਹੀਂ ਕੀਤੀ, ਮੈਂ ਕਿਸੇ ਪੋਲੀਟੀਕਲ ਰੈਲੀ ਚ ਨਹੀਂ ਗਿਆ, ਕਿਸੇ ਪੋਲੀਟੀਕਲ ਮੀਟਿੰਗ ਚ ਨਹੀਂ ਗਿਆ, ਮੈਂ ਕਿਤੇ ਜਾਂਦਾ ਨਹੀਂ। ਪ੍ਰੈਸ ਦੇ ਜਿਹੜੇ ਸਾਹਮਣਾ ਕਰਦੇ ਸੀ ਵੀ ਉਹ ਜੋ ਜਿਹਨਾਂ ਪ੍ਰਧਾਨਾਂ ਦੇ ਜਿਹੜੇ ਬਾਅਦ ਚ ਬਣੇ ਨੇ ਉਹਨਾਂ ਚ ਕਿਉਂ ਨਹੀਂ ਆਇਆ, ਇਸ ਗੱਲ ਨੂੰ ਬੜਾ ਚ ਵਾਚਿਆ ਜਾ ਰਿਹਾ ਵੀ ਜੋ ਸਰਦਾਰ ਅਵਤਾਰ ਸਿੰਘ ਜੀ ਕਰ ਗਏ ਨੇ ਪ੍ਰੈਸ ਦਾ ਸਾਹਮਣਾ ਖੁਦ ਗਲੀ ਨਾਲ ਬੇਬਾਕੀ ਦੇ ਨਾਲ, ਉਹ ਇਹ ਕਰਨ ਦੇ ਵਿੱਚ ਨਾ ਕਾਮਯਾਬ ਹੋਏ ਨੇ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਮੈਂ ਜਿਹੜੀ ਗੱਲ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਮੇਰੇ ਕੋਲ ਦੇਖੋ ਮੈਂ ਬੜੀ ਸਿੱਧੀ ਤੇ ਸਪਸ਼ਟ ਗੱਲ ਕਰਦਾ ਕਿ ਮੈਂ ਜਿਹੜੀ ਮੇਰੀ ਟੇਕ ਹੀ ਇੱਕ ਸੀ, ਗੁਰੂ ਦੀ ਟੇਕ ਸੀ, ਮੈਂ ਤੁਹਾਨੂੰ ਸੱਚੀ ਗੱਲ ਕਹਿਣੀ ਚਾਹੁੰਦਾ ਕਿ ਮੈਂ ਜਦੋਂ ਕੋਈ ਕਿਸੇ ਨੂੰ ਇੰਟਰਵਿਊ ਫੇਸ ਕਰਦਾ ਸੀ ਜਾਂ ਜਦੋਂ ਮੈਂ ਕੋਈ ਕਿਸੇ ਕੰਮ ਨੂੰ ਹੱਥ ਚ ਲੈਂਦਾ ਸੀ ਤੇ ਮੇਰੀ ਅਰਦਾਸ ਕੋਈ ਰਾਮਦਾਸ ਪਾਲਾ ਇਹਨੂੰ ਹੁੰਦੀ ਸੀ। ਜਦੋਂ ਮੈਂ ਸਟੇਜ ਤੇ ਚੜਦਾ ਸੀ ਤੇ ਮੈਂ ਗੁਰੂ ਹਰਕਿਸ਼ਨ ਸਾਹਿਬ ਮਹਾਰਾਜ ਜੀ ਨੂੰ ਇਹ ਅਰਦਾਸ ਬੇਨਤੀ ਕਰਕੇ ਸਟੇਜ ਤੇ ਚੜਦਾ ਸੀ, ਸਤਿਗੁਰੂ ਜੇ ਤੂੰ ਗੁੰਗੇ ਬਹਿਰੇ ਪਾਸੋਂ ਤੂੰ ਗੀਤਾ ਵਰਗੇ ਏਡੇ ਵੱਡੇ ਗ੍ਰੰਥ ਦੀ ਤੂੰ ਉਹਦੀ ਵਿਆਖਿਆ ਕਰਾ ਸਕਦਾ, ਉਹਦੇ ਕੋਲ ਪੜ੍ਹਾ ਸਕਦਾ ਤੇ ਮੇਰੇ ਤੋਂ ਵੀ ਬਖਸ਼ਿਸ਼ ਕਰ ਦੇ ਵੀ ਮੇਰੀ ਜ਼ਬਾਨ ਚੋਂ ਨਿਕਲੇ ਲਫ਼ਜ਼ ਜਿਹੜੇ ਨੇ ਉਹ ਸੰਤੁਲਿਤ ਹੋਣ ਔਰ ਸਿੱਖ ਭਾਵਨਾਵਾਂ ਦੇ ਅਨੁਕੂਲ। ਇਹਨਾਂ ਦੇ ਉਹਨਾਂ ਦੇ ਇਹੀ ਕਾਰਨ ਆ, ਉਹ ਨਹੀਂ ਕਰਦੇ ਹੋਏ ਮੈਂ ਕਰਦਾ ਰਿਹਾ। ਉਹਦੇ ਨਾਲ ਕੀ ਹੋ ਰਿਹਾ ਵੀ ਉਹਨਾਂ ਦੀ ਜਵਾਬਦੇਹੀ ਨਾ ਹੋਣ ਕਰਕੇ ਪੰਥ ਨੂੰ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਬੜਾ ਵੱਡਾ ਘਾਟਾ ਪਹੁੰਚ ਰਿਹਾ, ਇਸ ਬਾਰੇ ਅਖਬਾਰ ਚ ਅੱਜ ਲਿਖਿਆ ਵੀ ਹੈ। ਸੋ ਇੱਕ ਸਵਾਲ ਹੋਰ ਬੜਾ ਅਹਿਮ ਉੱਠ ਰਿਹਾ ਸੀ, ਇਹਨੂੰ ਕੋਈ ਆਪਾਂ ਧਾਰਮਿਕ ਐਂਗਲ ਤੋਂ ਨਹੀਂ ਲੈਣਾ, ਕੋਈ ਵਿਅਕਤੀਵਾਦ ਤੋਂ ਨਹੀਂ ਲੈਣਾ, ਮੁੱਦਾ ਉੱਠ ਰਿਹਾ ਜੀ ਡਾਕਟਰ ਕਿਰਪਾਲ ਸਿੰਘ ਦਾ, ਬੜਾ ਸਿੱਖ ਵਿਦਵਾਨ ਸੀ ਜੀ, ਔਰ ਤੁਸੀਂ ਬੜੇ ਉਹਨਾਂ ਨੂੰ ਮਤਲਬ ਸਤਿਕਾਰ ਵੀ ਦਿੱਤਾ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ, ਤੇ ਉਹਨਾਂ ਨੂੰ ਪ੍ਰੋਫੈਸਰ ਆਫ ਸਿੱਖਿਜ਼ਮ ਦੀ ਉਪਾਧੀ ਵੀ ਦਿੱਤੀ ਗਈ ਹੈ। ਬਟ ਆਹ ਜਿਹੜਾ ਦੋ ਤਿੰਨ ਦਿਨ ਤੋਂ ਰੁਝਾਨ ਸ਼ੁਰੂ ਹੋਇਆ ਪ੍ਰਧਾਨ ਜੀ ਕਿ ਉਸ ਨੇਕ ਵਿਅਕਤੀ ਨਾਲ ਧੱਕਾ ਨਹੀਂ ਹੋਇਆ? ਦੇਖੋ ਉਹਨਾਂ ਦੀ ਉਮਰ 95-96 ਸਾਲ ਹੈ, ਮੇਰੇ ਖਿਆਲ ਚ ਵੀ 25 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਹੋਏ ਨੇ। ਇਹਨਾਂ ਰੈਸ਼ ਫੈਸਲਾ ਲੈਣ ਤੋਂ ਪਹਿਲਾਂ ਉਹਨਾਂ ਦੇ ਨਾਲ ਨਾ
ਵਿਚਾਰ ਚਰਚਾ ਕਰਨੀ ਚਾਹੀਦੀ ਸੀ ਵੀ ਤੁਹਾਡੇ ਕੋਲ ਕਿਵੇਂ ਹੋਇਆ ਜਿਵੇਂ ਉਹਨਾਂ ਨੇ ਹੁਣ ਕਹਿ ਦਿੱਤਾ ਕਿ ਮੈਂ ਤਾਂ ਲਿਖੀ ਨੀ ਹਾਂ ਡਾਕਟਰ ਜੇ ਐਸ ਗਰੇਵਾਲ ਦਾ ਨਾਂ ਲਿਖਤਾ ਤੇ ਫਿਰ ਮਤਲਬ ਡਾਕਟਰ ਜੇ ਐਸ ਗਰੇਵਾਲ ਦਾ ਲਿਖਿਆ ਹੁਣ ਉਹ ਸੁਧਾਈ ਕਰਨਗੇ ਤੇ ਮੈਂ ਨੀ ਸਮਝਦਾ ਕਿ ਡਾਕਟਰ ਕਿਰਪਾਲ ਸਿੰਘ ਵਰਗਾ ਕੋਈ ਗੁਰਸਿੱਖ ਜਿਹੜਾ ਜਾਂ ਪ੍ਰਿਤਪਾਲ ਸਿੰਘ ਨਜ਼ਦੀਕ ਉਹ ਬਜ਼ੁਰਗ ਪਹੁੰਚਣ ਲੱਗੇ ਜੀ ਸਿੱਖ ਇਤਿਹਾਸਕਾਰ ਸ਼੍ਰੋਮਣੀ ਕਮੇਟੀ ਨੇ ਤੁਹਾਡੇ ਥਰੂ ਬੜਾ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਜੀ ਔਰ ਉਹਨਾਂ ਦੇ ਜੀਵਨ ਤੇ ਤੁਸੀਂ ਐਲਾਨ ਕੀਤਾ ਸੀ ਕਿ ਡਾਕੂਮੈਂਟਰੀ ਫਿਲਮ ਬਣਾ ਪ੍ਰਾਜੀ ਔਰ ਡਾਕੂਮੈਂਟਰੀ ਫਿਲਮ ਨਾਂ ਪਤਨ ਲੱਗੀ ਬਣੀ ਹੈ ਨਹੀਂ ਬਣੀ ਇਹਦੇ ਬਾਰੇ ਕੀ ਹਾਂ ਡਾਕੂਮੈਂਟਰੀ ਵੱਲੋਂ ਪਾਸੇ ਚਲੇ ਗਏ ਮੈਂ ਬੜਾ ਗੰਭੀਰ ਮੁੱਦਾ ਜੀ ਅੱਛਾ ਜੇਕਰ ਪ੍ਰਧਾਨ ਜੀ ਉਹਨਾਂ ਨੇ ਕੋਈ ਪੁਸਤਕਾਂ ਲਿਖ ਦਿੱਤੀਆਂ ਆਪਣਾ ਸਿੱਖ ਇਤਿਹਾਸ ਵੀ ਸਾਰਾ ਨਵਾਂ ਲਿਖਾ ਰਹੇ ਸੀ ਉਹਨਾਂ ਕੋਲ ਤੇ ਉਹ ਪੁਸਤਕਾਂ ਹੁਣ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਅਲੋਟ ਕਰੂਗੀ ਉਹ ਜਜ ਕਰੂਗੀ ਨਹੀਂ ਉਹ ਹੈ ਹੀ ਸ਼੍ਰੋਮਣੀ ਕਮੇਟੀ ਦੀਆਂ ਨੇ ਤੇ ਪਰ ਇਹ ਤਾਂ ਵਿਧਾਨ ਸਭਾ ਕਹਿੰਦੇ ਜੀ ਅਸੀਂ ਮਨਜ਼ੂਰ ਹੀ ਨਹੀਂ ਕਰਨੀ ਨਹੀਂ ਉਹ ਲਿਖੇ ਸ਼੍ਰੋਮਣੀ ਕਮੇਟੀ ਦੇ ਪਰ ਉਹ ਕਹਿੰਦੇ ਪਿਛਲੇ ਸਮੇਂ ਦੌਰਾਨ ਲਿਖੀਆਂ ਗਈਆਂ ਹੁਣ ਜਿਹੜਾ ਕੰਮ ਕੀਤਾ ਜਿਹੜਾ ਹੁੰਦਾ ਕੰਮ ਤੇ ਹੈਗਾ ਉਹਨੂੰ ਨਾ ਕਰਨ ਲੇਕਿਨ ਜੋ ਪਿਛਲੇ ਪ੍ਰਧਾਨ ਸਾਹਿਬਾਂ ਦੇ ਸਮੇਂ ਦੇ ਵਿੱਚ ਉਹ 20 ਸਾਲ ਤੋਂ ਨੇ ਉਦੋਂ ਮੇਰੇ ਖਿਆਲ 'ਚ ਕੌੜਾ ਸਾਹਿਬ ਸੀਗੇ ਉਹਨਾਂ ਦੇ ਸਮੇਂ ਦੇ ਵਿੱਚ ਜੋ ਉਹਨਾਂ ਨੇ ਕਾਰਜ ਕੀਤਾ ਇਤਿਹਾਸ ਦੇ ਸੰਬੰਧ ਵਿੱਚ ਸੂਰਜ ਪ੍ਰਕਾਸ਼ ਦੀ ਜਿਹੜੀ ਵਾਰਤਾ ਰੂਪ ਵਿੱਚ ਉਹਨਾਂ ਨੇ ਇਤਿਹਾਸ ਨੂੰ ਲਿਖਿਆ ਤੇ ਉਹ ਮੈਂ ਸਮਝਦਾ ਕਿ ਉਹਨੂੰ ਤਾਂ ਜਿਹੜਾ ਉਹਨੂੰ ਤਾਂ ਕੁਛ ਕੀਤਾ ਨੀ ਜਾ ਸਕਦਾ ਜਿਹੜਾ ਜਨਰਲ ਇਜਲਾਸ ਹੋ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਰਸੋਂ ਹੋਣ ਜਾ ਰਿਹਾ ਇਹਦੇ ਵਿੱਚ ਕੀ ਕੁਛ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਨ ਸਾਹਿਬ ਇਹ ਮੁੱਦਾ ਉਠਾਉਣਗੇ ਡਾਕਟਰ ਕਿਰਪਾਲ ਸਿੰਘ ਦਾ ਜੀ ਇਹ ਤਾਂ ਮੈਂਬਰ ਦਾ ਉਹਨੂੰ ਪਤਾ ਮੈਂ ਤਾਂ ਏਜੰਡੇ ਤੱਕ ਸੀਮਤ ਹੁੰਦਾ ਨਹੀਂ ਦੇਖੋ ਜੇਕਰ ਕੋਈ ਮੈਂਬਰ ਉਠਾ ਜੇ ਕਰਦੇ ਇਸ ਤਰ੍ਹਾਂ ਦੀ ਗੱਲ ਤਾਂ ਉਹਦੇ ਹਿਸਾਬ ਨਾਲ ਮੈਂ ਜੋ ਆਪਣਾ ਕਹਿ ਸਕਦਾ ਨਹੀਂ ਨਿੱਜੀ ਰਾਇ ਤਾਂ ਇਹ ਹੈ ਵੀ ਉਹ ਦੇਖੋ ਮੈਂ ਕਿਹਾ ਸੀਗਾ ਪ੍ਰਧਾਨ ਸਾਹਿਬ ਨੂੰ ਵੀ ਤੇ ਉਹਨਾਂ ਦੀ ਬੜੀ ਦੇਣ ਹੈ ਜਿਵੇਂ ਸਾਡੀਆਂ ਵਿਰਾਸਤ ਅਸੀਂ ਸੰਭਾਲੀਆਂ ਨੇ ਜਿਵੇਂ ਵਿਰਾਸਤ ਖਾਲਸਾ ਚਾਹੇ ਚੱਪੜ ਚਲੀ ਹੈ ਚਾਹੇ ਵੱਡਾ ਘੱਲੂਕਾਰ ਹੈ ਚਾਹੇ ਛੋਟਾ ਘੱਲੂਕਾਰ ਹੈ ਚਾਹੇ ਜੰਗੇ ਆਜ਼ਾਦੀ ਹੈ ਉਹਦੇ ਵਿੱਚ ਉਹਨਾਂ ਦਾ ਯੋਗਦਾਨ ਰਿਹਾ ਤੇ ਉਹਨਾਂ ਨੂੰ ਉਸ ਹਿਸਾਬ ਨਾਲ ਹੀ ਟ੍ਰੀਟ ਕੀਤਾ ਜਾਣਾ ਚਾਹੀਦਾ ਔਰ ਬਾਕੀ ਮੈਂ ਕਿਹਾ ਸਰਕਾਰ ਨਾਲ ਜੇ ਸਰਕਾਰ ਨੇ ਕਰਾਇਆ ਗਵਰਨਮੈਂਟ ਇਜ਼ ਰਿਸਪੋਨਸੀਬਲ ਫਾਰ ਦੈਟ ਵੀ ਸ਼ੁਡ ਫਾਈਟ ਅਗੇਂਸਟ ਦੀ ਗਵਰਨਮੈਂਟ ਵੀ ਸ਼ੁਡ ਫਾਈਟ ਅਗੇਂਸਟ ਦੀ ਗਵਰਨਮੈਂਟ ਸਪਸ਼ਟੀਕਰਨ ਦੇ ਤਾ ਬਟ ਨੋ ਡਾਊਟ ਕਿ ਵੀ ਸ਼ੁਡ ਆਸਕ ਦੀ ਚੀਫ ਮਿਨਿਸਟਰ ਟੂ ਅਪੋਲੋਜਾਈਜ਼ ਠੀਕ ਹੈ ਕਿ ਨਹੀਂ ਆਮ ਮਤਲਬ ਇਹ ਗੱਲ ਬਣਦੀ ਹੈ ਪਰ ਇਹਨਾਂ ਇਤਿਹਾਸਕਾਰਾਂ ਬਾਰੇ ਡਾਕਟਰ ਕਿਰਪਾਲ ਸਿੰਘ ਬਾਰੇ ਪ੍ਰੋਫੈਸਰ ਕਪੂਰ ਬਾਰੇ ਇਹ ਸਿੱਖ ਇਤਿਹਾਸਕਾਰ ਨੇ ਇਹਨਾਂ ਬਾਰੇ ਇਹਨਾਂ ਦਾ ਸਖ਼ਤ ਐਟੀਟਿਊਡ ਨਹੀਂ ਸੀ ਲੈਣਾ ਨਹੀਂ ਮੈਂ ਭਰਾ ਜੀ ਇਹ ਗੱਲ ਪੁੱਛ ਦਿੰਦਾ ਵੀ ਉਹਨਾਂ ਦੇ ਮਨਾਂ ਦੇ ਬੜੀ ਠੇਸ ਪਹੁੰਚੀ ਹੈ ਵੀ ਅਸੀਂ ਇੰਨੇ ਸਾਲ ਕੌਮ ਵਾਸਤੇ ਕੁਛ ਵੀ ਹੋ ਸਕਦਾ ਬਜ਼ੁਰਗ ਹੈ ਬਹੁਤ ਦੇਖੋ 95-96 ਸਾਲ ਦੀ ਉਮਰ ਹੈ ਬੜਾ ਕੰਮ ਕੀਤਾ ਸਿਹਤ ਠੀਕ 95-96 ਸਾਲ ਦੀ ਉਮਰ ਕਿਤੇ ਥੋੜੀ ਹੁੰਦੀ ਹੈ ਸਿਹਤ ਠੀਕ ਨਾ ਰਹਿਣ ਦੇ ਬਾਵਜੂਦ ਵੀ ਕੰਮ ਕੀਤਾ ਫਿਰ ਜਿੱਥੇ ਬੁਲਾਇਆ ਉੱਥੇ ਗਏ ਨੇ ਨਹੀਂ ਇਹਦੇ ਬਾਰੇ ਹੁਣ ਤੁਹਾਡਾ ਕੀ ਕਹਿਣਾ ਵੀ ਇੱਕ ਤਾਂ ਦੁਬਾਰਾ ਵਿਚਾਰਨਾ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਖੋ ਉਹਨਾਂ ਮਾਨ ਸਨਮਾਨ ਤੇ ਕਾਇਮ ਰੱਖਿਆ ਜਾਣਾ ਚਾਹੀਦਾ ਬੇਸ਼ੱਕ ਉਹਨਾਂ ਨੂੰ ਸੇਵਾ ਮੁਕਤ ਕਰਤਾ ਜਾਵੇ ਮੈਂ ਨਹੀਂ ਕਹਿੰਦਾ ਨਾ ਕੀਤਾ ਜਾਵੇ ਉਹਨਾਂ ਨੂੰ ਸੇਵਾ ਮੁਕਤ ਬੇਸ਼ੱਕ ਕਰਤਾ ਜਾਵੇ ਪਰ ਲੇਕਿਨ ਉਹਨਾਂ ਦਾ ਮਾਨ ਸਨਮਾਨ ਰੱਖ ਕੇ ਕੀਤਾ ਜਾਵੇ ਚਲੋ ਪ੍ਰਧਾਨ ਜੀ ਬਹੁਤ ਖੁਸ਼ੀ ਹੋਈ ਸੀ ਅਸੀਂ ਵੀ ਸਹਿ ਸਮਾਜ ਚ ਬੜੀਆਂ ਖੁੱਲੀਆਂ ਵਿਚਾਰਾਂ ਹੋਈਆਂ ਪਰ ਇੱਕ ਜਾਂਦੇ ਜਾਂਦੇ ਸਾਰੇ ਮਨ ਚ ਆਇਆ ਵੀ ਪ੍ਰਧਾਨ ਜੀ ਜੇ ਪਰਸੋਂ ਗੁਰੂ ਨੇ ਕਿਰਪਾ ਕਰ ਦਿੱਤੀ ਤੁਹਾਡੇ ਤੇ ਤੁਹਾਡਾ ਇੱਕ ਥੀਮ ਸੀ ਪਹਿਲਾਂ ਵੀ ਜਦੋਂ ਤੁਸੀਂ ਪ੍ਰਧਾਨ ਬਣੇ ਸੀ ਤੇ ਐਤਕੀ ਤੁਹਾਡਾ ਥੀਮ ਕੀ ਹੋਏਗਾ ਦੇਖੋ ਥੀਮ ਬੇਸਿਕਲੀ ਤਾਂ ਜਿਹੜਾ ਹੁੰਦਾ ਨਾ ਜੀ ਉਹ ਹੁੰਦਾ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਧਰਮ ਪ੍ਰਚਾਰ ਲਹਿਰ ਨੂੰ ਜਿਹੜੀ ਚੱਲ ਰਹੀ ਹੈ ਉਹਨੂੰ ਪ੍ਰਚੰਡ ਕਰਨਾ ਉਹਨੂੰ ਵਾਸਤਵ ਵਿੱਚ ਕੰਸਟਰਕਟਿਵ ਰੂਪ ਵਿੱਚ ਉਹਨੂੰ ਚਲਾਉਣਾ ਜਦੋਂ ਹਰ ਪ੍ਰਧਾਨ ਸਾਹਿਬ ਨੇ ਯਤਨ ਕੀਤਾ ਮੈਂ ਨਹੀਂ ਕਹਿੰਦਾ ਲੌਂਗੋਵਾਲ ਸਾਹਿਬ ਨੇ ਵੀ ਕੀਤਾ ਬੜੇ ਸਾਰੇ ਪ੍ਰਧਾਨ ਨੇ ਲੇਕਿਨ ਇਹ ਵੀ ਪਰ ਮੈਂ ਸਮਝਦਾ ਕਿ ਹਰ ਇੱਕ ਦਾ ਆਪੋ ਆਪਣਾ ਨਜ਼ਰੀਆ ਹੁੰਦਾ ਤੇ ਉਹਦੀ ਆਪੋ ਆਪਣੀ ਸੋਚ ਹੁੰਦੀ ਹੈ ਆਪੋ ਆਪਣੇ ਉਹਦੇ ਸਿਸਟਮ ਆਫ ਵਰਕਿੰਗ ਹੁੰਦਾ ਕੰਮ ਕਰਨ ਦਾ ਤਰੀਕਾ ਹੁੰਦਾ
ਫਿਰ ਉਹ ਉਸ ਹਿਸਾਬ ਨਾਲ ਜਿਹੜਾ ਉਹ ਚਲਾਉਣਾ। ਫਿਰ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਜਿਹੜੀਆਂ ਕਮੀਆਂ ਆਈਆਂ ਪਿਛਲੇ ਸਮੇਂ ਚ ਉਹਨਾਂ ਨੂੰ ਦੂਰ ਕਰਨਾ ਇਹ ਸਾਡੀ ਸ਼੍ਰੋਮਣੀ ਕਮੇਟੀ ਦੀ ਪ੍ਰਮਾ ਪੇਸ਼ੀ ਜ਼ਿੰਮੇਵਾਰੀ ਹੈ ਕਿ ਸਕੂਲਾਂ ਕਾਲਜਾਂ ਨੂੰ ਸਹੀ ਰਸਤੇ ਤੇ ਲਿਆਉਣਾ, ਯੂਨੀਵਰਸਿਟੀਆਂ ਨੂੰ ਠੀਕ ਕਰਨਾ, ਇਹ ਪ੍ਰਮਾ ਪੇਸ਼ੀ ਜ਼ਿੰਮੇਵਾਰੀ ਹੈ। ਜਿਹੜੀਆਂ ਯੂਨੀਵਰਸਿਟੀਆਂ ਜਿਹੜੀਆਂ ਉਹਨਾਂ ਨੂੰ ਠੀਕ ਕਰਨਾ ਹੈ ਜੀ। ਤੁਹਾਡੀ ਪਰਸਨਲ ਕੀ ਹੋਏਗੀ ਜੇ ਗੁਰੂ ਨੇ ਕਿਰਪਾ ਕੀਤੀ ਤੁਹਾਨੂੰ ਫਿਰ ਦੁਬਾਰਾ ਸੇਵਾ ਦਾ ਮੌਕਾ ਮਿਲਦਾ, ਤੁਹਾਡੀ ਪ੍ਰਮੁੱਖਤਾ ਕੀ ਹੋਏਗੀ, ਕਿਹੜਾ ਕਾਰਜ ਕਿਹੜਾ ਏਜੰਡਾ ਤੁਸੀਂ ਲੈ ਕੇ ਆਓਗੇ? ਸਾਰੇ ਏਜੰਡੇ ਜ਼ਰੂਰਤ ਨੇ, ਅੱਜ ਪੰਥ ਸੰਗਤ ਜਿਹੜੇ ਏਜੰਡੇ ਤੁਸੀਂ ਛੱਡ ਕੇ ਆਏ ਸੀ ਉਹ ਕਿਰਪਾਲ ਸਿੰਘ ਡੂੰਗਰ ਵੀ ਚੱਲੀ ਪਏ ਸੀ ਉਸੇ ਪੈਟਰਨ ਤੇ, ਉਸੇ ਪੈਟਰਨ ਤੇ ਲੌਂਗੋਵਾਲ ਸਾਹਿਬ ਵੀ ਚੱਲ ਪਏ, ਠੀਕ ਹੈ ਜੀ। ਇਹ ਪਰ ਲੇਕਿਨ ਨਿਕਲਿਆ ਕੀ ਹੈ ਪਿਛਲੇ ਦੋ ਸਾਲ ਤੋਂ ਮੁੱਖ ਏਜੰਡਾ ਜਿਹੜਾ ਨਾ ਜੀ ਉਹ ਇਹ ਹੈ ਕਿ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਪਿਛਲੇ ਸਮੇਂ ਦੇ ਵਿੱਚ ਨਿਰਾਦਰ ਹੋਇਆ ਉਸ ਨਿਰਾਦਰ ਦੇ ਸੰਬੰਧ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣੀਆਂ ਤੇ ਖਿਮਾ ਜਾ ਸਕਦਾ। ਇਹ ਤੁਹਾਡੀ ਪ੍ਰਮੁੱਖਤਾ ਹੋਗੀ, ਠੀਕ ਹੈ। ਬਹੁਤ ਬਹੁਤ ਸ਼ੁਕਰੀਆ ਪ੍ਰਧਾਨ ਸਾਹਿਬ, ਤੁਸੀਂ ਆਪਣੇ ਅੱਜ ਜਿਹੜੀ ਦਿਲ ਦੀ ਗਹਿਰਾਈ ਤੋਂ ਜਿਹੜੀ ਗੱਲ ਦੱਸੀ ਹੈ ਉਹ ਸੰਗਤ ਤੱਕ ਸਾਨੂੰ ਪਹੁੰਚਾਉਣ ਦਾ ਜੋ ਅੱਜ ਅਵਸਰ ਪ੍ਰਾਪਤ ਹੋਇਆ ਉਹਦੀ ਤੁਹਾਡਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।